ਸਾਡੀ ਨਵੀਂ ਵੀਡੀਓ ਆ ਗਈ ਆ ਜੀ ਤੇ ਨਿੱਕ ਨਿੱਕ ਨਹੀਂ ਕਰਨੀ ਪੁੱਤ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਆਪਣੀ ਨਵੀਂ ਵੀਡੀਓ ਆ ਗਈ ਆ। ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ, ਐਂਡ ਤੱਕ ਦੇਖਣਾ। ਥੈਂਕ ਯੂ ਦੋਸਤੋ। ਆਜਾ ਆਜਾ ਵੀ ਚੱਲ ਗਏ ਅੰਨੀਆਂ ਹੋਣੀਆਂ ਤੇ ਤਬਾਰ ਵੀ ਬਾਲਾ ਸੋਟਾ ਨੇ ਕੰਧ ਕੁੰਧ ਜੀ ਟੱਪਣ ਵਾਸਤੇ ਬੀਬੀ ਨੂੰ ਕੁੱਟ ਕੇ ਆ ਕੇ ਕੰਧ ਟੱਪ ਜਾ ਕਰ ਆ ਗਿਆ। ਹਾਈ ਨੀ ਨਲਕਾ ਨੀ ਨਲਕਾ ਜਾ ਨਲਕਾ ਗੇੜ ਗਈ ਨੀ बिगा जा होया प्यारी लड़का भी बिगा हो पहला मुंडे से लड़के है ना पानी तो दाली ली है पहला तेरा लल्ला हुंदा पहला तेरा जुत्ती झलक थले जुत्ती झलक की हो गया सोनू की करी जानी हो तुसी ए लड़ाई जी मामा ओ मेरी गल तो सुन लो की हैगा मामा की हैगा की करी जानी सी सुनया नहीं सानू ता है सुनया नहीं सुनया नहीं सुनता मिनट जाऊ जो कसिया मोर मारे मैं कहना मामा तू तू सुनया नी सुन गया मामा की कहना की कर दिया सी दोनों जनिया अच्छी तो कुछ नहीं कर दिया सी गया मामा उन फोन ला के दे दे किनो ਉਹਨੂੰ ਮੈਂ ਕਰ ਆਇਆ ਮੈਂ ਤਾਂ ਉਹ ਪਾਣੀ ਦਾ ਕੈਕ ਕਿਆਰਾ ਜਾਦੇ ਭਰ ਗਿਆ ਮੈਂ ਤਾਂ ਉਹਦੇ ਚੋਂ ਪਾਣੀ ਕੱਢ ਕੇ ਆਉਣਾ ਦੂਜੇ ਪਾਸੇ ਤੂੰ ਫੋਨ ਫੜਾ ਮੇਰਾ ਉਹਨੂੰ ਫੋਨ ਲਾ ਕੇ ਦੇ ਉਹਦਾ ਨੰਬਰ ਮੇਰੇ ਯਾਦ ਆ ਜਾ ਚੱਲ ਗਿਆ ਆਪਾਂ ਕਿੱਥੇ ਮੇਰੇ ਨੰਬਰ ਯਾਦ ਆ ਉਹ ਪੁੱਤਨੇ ਗੱਲ ਕਰਦੇ ਤੈਨੂੰ ਗਲੋਰ ਟੀ ਸ਼ਰਟ ਮੰਗਾ ਕੇ ਦੇਵਾਂ ਤੈਨੂੰ ਲੋਰ ਟੀ ਸ਼ਰਟ ਮੰਗਾ ਕੇ ਦਿੰਨੀ ਨਾ ਪੁੱਤ ਮੈਂ ਤਾਂ ਕੋ ਚੋਗਾ ਪਜਾਮੀ ਲੋਟ ਹੈ ਉਹ ਕੀ ਹੁੰਦੀ ਹੈ ਜੀ ਟੀ ਸ਼ਰਟ ਨਾਲ ਹੋਰ ਉਹ ਮੰਗਾ ਕੇ ਦੇਵਾਂ ਨਹੀਂ ਮੈਂ ਤਾਂ ਹਾਏ ਸਤਿ ਸ੍ਰੀ ਅਕਾਲ ਜੀ ਕੰਮ ਕਰੀ ਆਨਾਗਾ ਅੱਛਾ ਮੈਂ ਤੈਨੂੰ ਐ ਕਹਿੰਦੀ ਸੀ ਮੇਰੇ ਫਰਾਕ ਸੂਟ ਨਹੀਂ ਭੇਜਿਆ ਨਾਲੇ ਪ੍ਰਵੀਨ ਦਾ ਫਰਾਕ ਸੂਟ ਤੂੰ ਲੈ ਲੈਣਾ ਨਹੀਂ ਹਾਂ ਹਾਂ ਇਹਨੂੰ ਵੀ ਕਾਲੀ ਜੀ ਨੂੰ ਫਰਾਕ ਸੂਟ ਲਿਆ ਦੀ ਜਿੱਬੇ ਜੇ ਮੂੰਹ ਵਾਲੀ ਨੂੰ ਇਹਨੂੰ ਤਾਂ ਕਰੀਮ ਲਿਆ ਦੀ ਫੇਸ ਵਾਸ ਵਾਲੀ ਉਹ ਗੋਦਰੇਜ ਨੰਬਰ 1 ਸਾਬਣ ਲਿਆ ਦਾਂਗੇ ਚੱਲ ਹਾਂ ਮਾਮਾ ਲੋਟੀ ਸਲਟ ਤੇ ਗੂਟ ਮੰਗਦਾ ਹਾਂ ਨਾ ਕਹੀ ਨਹੀਂ ਚਾਹੀਦੀ ਕਹੀ ਤਾਂ ਕਸਗਾ ਚੱਕੀ ਫਿਰਦਾ ਕੀ ਕਰਦੇ ਤੁਸੀਂ ਐ ਕਾ ਤੋ ਕਹਿੰਦੇ ਹੁੰਦੇ ਵੀ ਕਾਮਲੀ ਬੌਲੀ ਨਹੀਂ ਹੈਗੀ ਗੀ ਇਹ ਤਾਂ ਰੱਬ ਦੀਆਂ ਦਾਤਾਂ ਨੇ ਹਾਏ ਬੋਲਦਾ ਤਿੱਕ ਤਾਂ ਤੇਰੀ ਵੋਟ ਤੇਰੇ ਦੋਸਤਾਂ ਨੂੰ ਫੋਨ ਕਰਦੇ ਵੀ ਤੇਰੀ ਭਾਬੀ ਨੂੰ ਵੋਟਾਂ ਪਾ ਦਿਓ ਕੰਮ ਕਰੀਆ ਨਾ ਹਾਂ ਗ੍ਰੇਜਣ ਜੀ ਕੌਣ ਬੋਲਦੇ ਗੱਲ ਹੀ ਕਰਾ ਦੇ ਅੱਛਾ ਕਰਾਉਂਦੀ ਨਹੀਂ ਚੱਲ ਚੰਗਾ ਚੱਲ ਇਹਨੂੰ ਜੇ ਗਾਲ ਗੂਲ ਕੱਢਦੇ ਉਹਨਾਂ ਨੂੰ ਗਲ ਮੋਚ ਦੀ ਕਹ ਮੇਰੀ ਸਰਪੰਚ ਨਹੀਂ ਕੁੱਟੂਗੀ ਕਹ ਤੈਨੂੰ ਚੰਗਾ ਚੰਗਾ टेंट दा पता करके टेंट लावा पता करके फोन ले जा तेरा ना ना फोन बिना मेनू सरदा किन्ने फोन करने किसी गल मारनिया पहले तो मैं पानी कड़ना उधर देखो किरे भरे पेने मेरा फोन लग जूगा चल गया नहीं आप टेंट का पता कर पानी लगता होना चाहिए मामा नहीं तरना वो मनु जारी की ना नहीं चुबड़ पाल गए नी चुबड़ है नी छोटे छोटे जिथे माड़े पैड़े आली मेरे नर पा कुछ नहीं पैदा होंगे कुछ नहीं मिलता है आया चल गया हाय ओ रब्बा ओ मेरी जब्बल नू ने लद्दू जी नू नू गल नहीं करन दित्ती जे गल कर लैंदी आप दी उन्हें तो सस ने गल करनी सी फिर की गल सी जे ओ गल्लां कर लैंदी तो मैं दो चार गल्लां मैं भी कर लैंदा ते जो हुण मैं आप फोन लाउना फिर चंगा नहीं लगदा अगला कहिंदा तू ही फोन लाई जाना हो सकदा ओ गल पै जे फिर की करेगा पर बेइज्जती ना करवा ली पर एक गल जरूर है जिद्दे दी गई है उद्दे दा मन नहीं लगता जी नहीं लगता किते भी मैं फोन तो करूँगा चाहे हाथ ने पैग ला के करना पै जे गल तो मैं करूँगा पर जे हुण मेरी जब्बल नूं गल करा दिंदी ना कुछ सौखा हो जाता आ 3 बजे तो बाद दिन सौखा लंघ जाता चल हाथ ने पैग ला के गल करांगे ठीक है हाय हाय अन्नी
ਮੇਰੇ ਤਾਂ ਧਾਮ ਚੜਕ ਟੈਂਟ ਵਾਲਾ ਤਾਂ ਬਾਲੀ ਮਹਿੰਗਾ ਟੈਂਟ ਲਾਈ ਜਾਂਦਾ ਹਨ ਫਿਰ ਲਾਉਣਾ ਤਾਂ ਪਊਗਾ ਪਨੀਰ ਵਾਲੇ ਪਕੌੜੇ ਬਣਾ ਹੈ ਨਹੀਂ ਜੀਬ ਤਾਂ ਬਹੁਤ ਲੂਤਦੀ ਆ ਤੇਰੀ ਮੈਂ ਤੈਨੂੰ ਐ ਕਹਿੰਦੀ ਸੀ ਆ ਤਾਂ ਆਪਾਂ ਨੂੰ ਤਖਤ ਫੋਸ ਜਾਂ ਬਦਗਾ ਮਿਲ ਗਿਆ ਇੱਥੇ ਬੈ ਕੇ ਤਾਂ ਚ ਵੀ ਕੁੱਟ ਲਿਆ ਕਰਾਂਗਾ ਲੱਗਦੀ ਨਾਲ ਨਹੀਂ ਸ਼ਰਮੋ ਨਹੀਂ ਮੈਂ ਸਾਨੂੰ ਸਾਰੇ ਭਾਲੇ ਹੀ ਹੁਣ ਤੁਸੀਂ ਇੱਥੇ ਆ ਕੇ ਅੱਛਾ ਟੈਂਟ ਦਾ ਪਤਾ ਕਰਨ ਗਈਆਂ ਸੀ ਟੈਂਟ ਪਤਾ ਕਰਨ ਗਈਆਂ ਸੀ ਤੁਸੀਂ ਨੇ ਮੇਰਾ ਦਮ ਕੜਾਤਾ ਥੋੜਾ ਟੈਂਟ ਟੈਂਟ ਰਹਿ ਗਿਆ ਪੱਲੇ ਕਿ ਦਮ ਕਿਉਂ ਕੜਾਤਾ ਦਮ ਨਹੀਂ ਕੜਦੀ ਤੂੰ ਆ ਮਾਰਦੀਆਂ ਕੱਲਾ ਸਾਰੇ ਭਾਲ ਲਈਆਂ ਨਹੀਂ ਸਾਰੇ ਦੇਖੇ ਮੈਂ ਤੁਹਾਨੂੰ ਨਾ ਦੇਖਦੀ ਸਨ ਪਹਿਲਾਂ ਕਦੇ ਦੇਖੀਆਂ ਨਹੀਂ ਅਸੀਂ ਨਹੀਂ ਦੇਖੀਆਂ ਤਾਂ ਹੈਗੀਆਂ ਪਰ ਮੈਨੂੰ ਤਾਂ ਫਿਕਰ ਲੱਗ ਗਿਆ ਵੀ ਦੋਨੇ ਇੱਕੋ ਜੀਆਂ ਆ ਪਾਣੀ ਦੇ ਪਰੇ ਖਾਲ ਚੱਲਦੇ ਆ ਵੀ ਕੀ ਪਤਾ ਭਾਈ ਉੱਥੇ ਨਾ ਕਿਤੇ ਪੈਰ ਥਲਕ ਕੇ ਡਿੱਗੀਆਂ ਪਈਆਂ ਹੋਣ ਤੂੰ ਮਰ ਜਾ ਸਾਨੂੰ ਮਾਰਨ ਨੂੰ ਫਿਰ ਜਾ ਕੂੜ ਕਿੱਟੇ ਹੋ ਗਿਆ ਵੀ ਬਗਾਰ ਹੋਣ ਦਾ ਤੰਗ ਕਰ ਲੰਦੀ ਹੈਗੀ ਆ ਰੋਣਾ ਬਥੇਰਾ ਆਉਂਦਾ ਕਾ ਤੈਨੂੰ ਚਾਹੀ ਲਿਆ ਨਹੀਂ ਨਹੀਂ ਆਇਦਾ ਮੈਨੂੰ ਲਾਂਬੇ ਦਾ ਡਰ ਹੈ ਵੀਰ ਚਾਹੀ ਤੂੰ ਇਹਨੂੰ ਖਾ ਸੁਖਣਾ ਘਰੇ ਤੋੜ ਦੇ ਜਾਣ ਦੇ ਨਹੀਂ ਕਹਿ ਜਾ ਇਹ ਤੇਰਾ ਇੱਕ ਚੂੜਾ ਜਾਂ ਮੈਨੂੰ ਦੇ ਦੇਂਗੇ ਕਿਉਂ ਦੇ ਦਾ ਮੇਰੇ ਸੁਹਾਗ ਦਾ ਹੈ ਮੇਰਾ ਸਾਗ ਬਣ ਜੂਗਾ ਤੇਰਾ ਕੀ ਹੈਗਾ ਹਾਏ ਮਾਮੀ ਦੇਖੇ ਕੀ ਕਹਿੰਦੀ ਮੇਰਾ ਸਾਗ ਬਣ ਜੂਗਾ ਤੇਰਾ ਹਾਏ ਸੁੱਖੇ ਸੰਧੀ ਜਿਉਂਦਾ ਰਹੇ ਤੇਰਾ ਸਾਗ ਤਾਂ ਇਹਦਾ ਸਨਾ ਸਾਗ ਤੋਂ ਕੀ ਮੇਰਾ ਸਾਗ ਤਾਂ ਆਉਂਦਾ ਹੀ ਨਹੀਂ ਕਰੇ ਨਹੀਂ ਆ ਜੋ ਕੋਈ ਨਾ ਆ ਜੋ ਬੋਟਾ ਮੇਰੇ ਆ ਜੂਗਾ ਪਲੋਸ ਨਹੀਂ ਸਿਰ ਉਹਦਾ ਹਾਂ ਕਿੱਥੇ ਮੈਨੂੰ ਵੇਦ ਲੱਗੀਆਂ ਨੇ ਸਾਰੇ ਭਾਲੇ ਹੀ ਸਾਰੇ ਭਾਲੇ ਨਹੀਂ ਮੇਰੇ ਤਾਂ ਤੇ ਹੱਟ ਜਾ ਐ ਫੁੱਲ ਪਵਾਂਗੇ ਹਨਾ ਉੱਤੇ ਮੇਰੇ ਹਾਂ ਹਾਰ ਪੈਣੀ ਹੈ ਹਾਂ ਮਰ ਜਾ ਐ ਫੁੱਲ ਡੇ ਕੀ ਸੋਡਾ ਮੈਨੂੰ ਕਰਾ ਲਈ ਮਾਗਰ ਐ ਫੁੱਲ ਹਾਂ ਤਾਂ ਤੂੰ ਮੇਰੀ ਪੀਏ ਅੰਨੇ ਪੀਏ ਆ ਤੇ ਤਾਂ ਬਟੂਗਾ ਹੋਊਗਾ ਹੱਥ ਚ ਪੈਸੇ ਸ਼ੰਪਣ ਵਾਲਾ ਹਾਂ ਪੀਏ ਨਹੀਂ ਤੇਰਾ ਪਹਿਲਾਂ ਵਾਲਾ ਪੀਏ ਕਿੱਥੇ ਗਿਆ ਪੀਏ ਉਹ ਭੱਗ ਗਿਆ ਵਕਤ ਮਾੜਾ ਨਾ ਹੋਵੇ ਪੀਏ ਭੱਗ ਗਿਆ ਮੇਰਾ ਆਹੋ ਭੱਗ ਤੇਰਾ ਪੀਏ ਹੁਣ ਤਨਖਾਹ ਨਹੀਂ ਦਿੱਤੀ ਤਨਖਾਹ ਨਹੀਂ ਮੇਰਾ ਭਾਈ ਸ਼ਿਬਿਆ ਨੂੰ ਕਰ ਗਿਆ ਹਾਂ ਇਹ ਕੰਮ ਕੋਈ ਨਹੀਂ ਕਰਦਾ ਤੇ ਮੇਰੇ ਭਾਵੇਂ ਤਾਂ ਭਾਈ ਉਹ ਪੀਏ ਹੈਗਾ ਤੇਰਾ ਹਾਂ ਪੀਏ ਤਨਖਾਹ ਤੇ ਰੱਖਿਆ ਹੋਇਆ ਭਾਈ ਤਾਂ ਲੈ ਜੀ ਆਹੋ ਮੈਂ ਵੀ ਲਾਉਂਗੀ ਦਿੰਨੇ ਆ ਖਰਚ ਤਨ ਤਨਖਾਹ ਕਾਦੇ ਚ ਪਵਾਵਗੀ ਆਹ ਬੁੱਕ ਕਰੇਗੀ ਕਿ ਕਿਵੇਂ ਚੁੰਨੀ ਚਾਨੀ ਕਰ ਲਾ ਹੈ ਨਾ ਨਾ ਤਨਖਾਹ ਪਾਉਣੀ ਆ ਮੈਂ ਤੈਨੂੰ ਪਹਿਲੇ ਐਡਵਾਂਸ ਪਾ ਦਿੰਨੀ ਆ ਪਾਵੇਂ ਤਨਖਾਹ ਲੈ ਆਪਣਾ ਮਰ ਮਰ ਛੜਤ ਟਕਾਣੇ ਕਰ ਦੂੰਗਾ ਕਣਕ ਚ ਅੱਛਾ ਨੇ ਚ ਛੜ ਦੂੰਗੀ ਮੈਂ ਮੇਰੀ ਗੱਲ ਸੁਣ ਲੋ ਹਾਰੇ ਆਪਦੇ ਵਾਸਤੇ ਖੈਰ ਸੁਖਣਾ ਤੁਸੀਂ ਘਰੇ ਵਗ ਜਾਓ ਦੇਖ ਮੈਂ ਤਾਂ ਖੇਤ ਆ ਗਈ ਸੀ ਤੁਹਾਡੇ ਤੋਂ ਟਲ ਕੇ ਤੁਸੀਂ ਮੈਨੂੰ ਇੱਥੇ ਵੀ ਨਹੀਂ ਰਹਿਣ ਦਿੰਦੀਆਂ ਮੈਨੂੰ ਤਾਂ ਲੱਗਦਾ ਕਿ ਮੈਨੂੰ ਇੱਥੋਂ ਵੀ ਨਾ ਜਾਣਾ ਪੈ ਜੇ ਅੱਛਾ ਜਾਵੇਂਗੀ ਜਾਂ ਭੱਜ ਜਾ ਵੋਟ ਪਾਜੀ ਫਿਰ ਵਗ ਜੀ ਕਿਤੇ ਮਰ ਜੀ ਆਹੋ ਤੇ ਮਾੜਾ ਜਿਹਾ ਬਟਾ ਵੀਰ ਐਡੇ ਚੌੜੇ ਖਾਲਨੇ ਹਲੇ ਕੱਚੇ ਖਾਲਨੇ ਆਪਾਂ ਹਾਂ ਠੀਕ ਹੈ ਨਾ ਪਾਣੀ ਦੇ ਭਰੇ ਚੱਲਦੇ ਨੇ ਕਿਤੇ ਉਹਦੇ ਵਿੱਚ ਪੈਰ ਮਾਜਾ ਮਾਰ ਜਾ ਨਹੀਂ ਵੀ ਆਪ ਸਫਾਈ ਕਰਕੇ ਉੱਥੇ ਖੱਬਲ ਜੇ ਪੱਟ ਦਿੰਨੇ ਆਓ ਕਰ ਦਾਂਗਾ ਸਫਾਈ ਆਉਣੀਆਂ ਚੰਗਾ ਚੀਚ ਡਿਸਕਸ ਕਰਕੇ ਆਉਣੀਆਂ ਤਪਾਰ ਤਾਂ ਤਪਾ ਨਹੀਂ ਦਿੱਤਾ ਇਹਨਾਂ ਨੇ ਮੈਨੂੰ ਨਹੀਂ ਨਹੀਂ ਮੇਰੀ ਗੱਲ ਸੁਣੀ ਆਪ ਸਫਾਈ ਕਰ ਦੇਣੀਆਂ ਨਾਲੇ ਮਾਂਜਾ ਮਾਰ ਦੇਣੀਆਂ ਖੱਬਲ ਜੇ ਮਾਮੇ ਨੂੰ ਲਾ ਕੇ ਪਟਵਾ ਦੇਣੀਆਂ ਪਹਿਲੇ ਧੁੱਪ ਚ ਫੇਰ ਖਾਣ ਨੂੰ ਕਿਵੇਂ ਕਰਦੇ ਦੇ ਮੈਨੂੰ ਵੀ ਦੇ ਮੈਨੂੰ ਵੀ ਦੇ ਐ ਕਰਦੀ ਹੁੰਨੀ ਆ ਉਹਦਾ ਤਾਂ ਖਾਣਾ ਤਾਂ ਖਾਣ ਨੂੰ ਤਾਂ ਤੇਰੇ ਬਾਦੂ ਜੀਵ ਲੱਗੀ ਆ ਹੁਣ ਤੇ ਵੱਲਾ ਦਾ ਥੱਲੇ ਪੇੜੇ ਖਾਣ ਨੂੰ ਜੱਬੀ ਆ ਤੇਰੀ ਭੂਆ ਤਾਂ ਮੇਰੀ ਭੂਆ ਚਾਹੀਂ ਤੈਨੂੰ ਚਾਹੀਂ ਛੱਡ ਕੇ ਗਈ ਆ ਜਾਂ ਭਾ ਜਮਾ ਜਮਣੀ ਆ ਫਿਰ ਆਪਾਂ ਤੂੰ ਝਾੜੂ ਚੱਕ ਮੇਰੇ ਆਉਂਦੇ ਨੂੰ ਮਾਂਜਾ ਮਾਰ ਦੇ ਮੈਨੂੰ ਤੇਰੇ ਲਪੇੜੇ ਦੇਖੀ ਪੈਂਦੇ ਜਾਂ ਭਾ ਜਾ ਚੱਲ 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 ਗੋ ਹੋ ਜਾ ਮੈਂ ਰਹਿ ਗਈ ਹੁਣ ਮੈਂ ਸਰਪੰਚਣੀ ਤਾਂ ਫਿਰ ਐਂਡਤੀ ਜਾਂਦੀ ਹੁੰਦੀ ਆ ਜਾਂ ਤਾਂ ਖੌਂਛੜੇ ਪੈ ਜਾਣਗੇ ਜਾਂ ਫਿਰ ਸਰਪੰਚ ਦੀ ਮਾਣੀ ਜਾਊ ਮੈਂ ਜਾਣੀ ਆ ਮਾੜੀ ਪਤਾ ਕਰ ਛਨੈਰੀ ਜੁੱਤੀ ਪਾ ਕੇ ਜਾਊਂਗੀ ਪਹਿਲੀ ਜੁੱਤੀ ਪਾਉਣੀ ਪੈਂਦੀ ਆ ਮੈਨੂੰ ਜੁੱਤੀ ਤਾਂ ਸੋਹਣੀ ਆ ਮੂੰਹ ਮੈਂ ਤਾਂ ਅੱਜ ਗੜਬੇ ਬਾਹਾਂ ਵਾਲਾ ਸੂਟ ਪਾਇਆ ਗੜਪੇ ਵਾਲੀ ਸਲਵਾਰ ਵਾਲਾ ਸੂਟ ਪਾਇਆ ਸੀ ਉਹ ਵੀ ਨੀ ਕਿਸੇ ਨੇ ਕਿਹਾ ਵੀ ਸੋਹਣਾ ਲੱਗਦਾ ਚੱਲ ਕੋਈ ਨਾ ਵੀ ਸੂਟ ਮੇਰਾ ਸੋਹਣਾ ਹੀ ਆ ਜਾਂਦੀ ਆ ਮੈਂ ਤਾਂ ਆ ਕੀ ਮੈਂ ਜੇ ਨਾ ਮੰਨਦੇ ਚੱਕੇ ਤੈਨੂੰ ਕੁੱਟੂਗੀ ਲੈ ਮਾਮਾ ਇੱਧਰ ਨੂੰ ਪੱਟ ਦੇ ਇੱਧਰ ਇੱਧਰ ਰਹਿ ਗਏ ਹਾਂ ਪੱਟੀ ਜੰਨੇ ਭਾਈ ਆ ਜਿਹੜੇ ਪੱਟੇ ਇਹਨੂੰ ਇਕੱਠੇ ਕਰ ਦੇ ਭਾਈ ਤੇ ਤੇਰੀ ਸਾਸੂ ਮਾਂ ਨੂੰ ਫੋਨ ਕਰਤਾ ਸੀ ਭਾਈ ਤੈਨੂੰ ਹਾਂਜੀ ਕਰਤਾ ਦੀ ਕੀ ਕਹਿੰਦੀ ਕਦੋਂ ਆਉਂਗੀ ਹਜੇ ਨਹੀਂ ਆਉਂਦੀ ਹੈਗੀ ਉਹ ਹੈ ਹਜੇ ਨਹੀਂ ਆਉਂਦੀ ਆਉਂਦੀ ਨਹੀਂ ਨਾ ਅੱਛਾ ਸੋਨੂੰ ਗੱਛ ਦਿੰਨੀ ਆ ਪੁੱਛ ਕੇ ਕਦੋਂ ਕਹੂਗੀ ਹੈ ਨਹੀਂ ਭਾਈ ਆ ਦੇਖ ਭਾਈ ਹੁਣ ਟੈਂਟ ਲਾਉਣ ਨੂੰ ਥਾਂ ਠੀਕ ਲੱਗਦਾ ਹੈ ਨਾ ਕੰਡੇ ਵਾਲੇ ਨੇ ਕੰਡੇ ਤਾਂ ਫਿਰ ਖੇਤਾਂ ਚ ਹੀ ਹੁੰਦੇ ਆ ਭਾਈ ਓਹੋ ਕਰ ਲੈ ਭਾਈ ਇੱਥੋਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਬਹੁਤ ਸੋਹਣਾ ਕੰਮ ਚਲੋ ਚਲੋ ਆ ਕੱਟ ਕੱਟ ਕੁੜਗਾ ਛਾਰਾ ਬੈਠ ਕੇ ਤੂੰ ਕਿੰਨੀ ਕੰਮ ਕਰ ਚੱਲ 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 ਕਰ ਦੇ ਭਾਈ ਕਰ ਕਰਨਾ ਬੀਬ ਗਿਆ ਬੀਬੀ ਕਿਤੇ ਤੂੰ ਵੀ ਕਰ ਲੈ ਕਰੀ ਜਾਂਦੀ ਮੈਂ ਤਾਂ ਘੁੱਗੂ ਹੀ ਮਾਰਨੀ ਆ ਗੱਲ ਚ ਬੱਚ ਮੈਂ ਤੇਰੇ ਨੇ ਗੱਲ ਫਾਰਮ ਭਰ ਦੂੰਗੀ ਮੈਂ ਚੱਲ ਮੈਂ ਤਾਂ ਇਹ ਕਹਿੰਦਾ ਸੀ ਗੁਰੀ ਹਾਂ ਹਾਂ ਦੱਚ ਦੱਚ ਦੇਖ ਤੂੰ ਤਾਂ ਹੁਣ ਵੋਟਾਂ ਨੂੰ ਕਹਿੰਦੀ ਤੁਰੀ ਫਿਰਦੀ ਐ ਤੇ ਮੈਂ ਵੀ ਇੱਧਰ ਸਫਾਈ ਕਰਦਾ ਫਿਰਦਾ ਤੇ ਮੇਰੀ ਭੈਣ ਕੱਲੀ ਔਖੀ ਹੁੰਦੀ ਆ ਤੇ ਤੇਰੀ ਭੂਆ ਨੂੰ ਫੋਨ ਕਰਕੇ ਬੁਲਾ ਲੈਂਦੀ ਨਾ ਨਿਤਰਾ ਮਾਮਾ ਭਾਈ ਜਾਨ ਨਿਤਰਾ
बहुत तत पा रखा। ओ नहीं पुत, मेरा कमरा मारे कहंदी सी दाल च काला मल्ला दा, तू दाल ही काली कर रखी हैगी। हां कमली ना होवे ताही ना मैं कहंदा नहीं सी कुछ, मेरी कही ता तुसी समझदी नहीं। हुण आ नाल टेंट दा काम असी कर लांगे, ओ मेरी भैन नाल रोटी रुक करा लिया करू। टेंट लवा लांगे अच्छी, सारा कुछ करांगे, बुआटा भी पावांगे, चेहरा कब करांगे। मैं तेनु बिब गए आ जाना नी ला दस, बहुत चेहरा आ जा भैने। मेरी गल सुनी, हुण मैं कह सी वी तेरी नंद नु बुला लो वी, ओ रोटी टुक बना लिया करू, नाले वधिया बनाउंदी आ। लै नु बहुत तपा रख्या ने उदी, मेरी रब्बा मेरिया। भाई मेरी गल सुन लै, रोटियां ता मैं ही बादू आ, मेरी नंद तो आपां ने किते काडा कढाउणागा, घड़ी मुड़ी तू नंद दी गल छेड़ लाना। मैं ता ए कहना भेणे तैनू सौखा हो जांदा, मेरा ता की ए, मैनू की ए ना सादा। अरे कछ कछ चलावा ना, जिद्दे नी ब्याही आ ओदे ना कान कमा, चक के सुट के आनी दूसरी। मैं नी सुड़दी सुड़दी लै, की गल, मैं नौकरानी आ गी, मैं घर की मालका। मैं नौकरानी दा नहीं पता, छटके होना छटे फरना ही, तेनू पता तेरे मोर नी कच जी फार्म ते लै। ऐसे में चखा दे, पर मैं इत्थे छंबरियां दे छंबर छंबर, मैं नहीं पूरा करदा काम करदी लै। क्या दस, चक 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 ना देख ला भाई। ठीक है गुरी, गल सुन भाई, मेरी भैन ए काम क्यों करू, तू आपकी भूआ नू बुला लो ते ओ कर दू ए काम। ऐ कर कछिया मैनू पढ़ा दे के, राह चक के सिट के तैनू लाऊंगी, फिर एक कछिया चला एक पाछे आ। ना मैं ता सारे काम करदा भाई, ਮੈਨੂੰ ਸਾਰੇ ਕੰਮਾਂ ਨੂੰ ਮੈਨੂੰ ਤੋਲੀ ਫਿਰ ਦਿਓ। ਫਿਰ ਤੇ ਬੰਦੀ ਕਰਦਾ ਤੂੰ ਚਪਾਈ ਰੱਖਿਆ, ਮੈਂ ਮਾ ਚਪਾਈ ਜਾਂਦੇ ਪਿੰਡ ਭਾਜਾ, ਮੈਂ ਤਾਂ ਬੋਟਾ ਦੀ। ਅੱਛਾ ਨਾ ਮੈਂ ਇੱਕ ਗੱਲ ਕਹੀ ਸੀ ਵੀ ਤੇਰੀ ਭੂਆ ਨੂੰ ਫੋਨ ਕਰ ਦਿਓ, ਮੇਰਾ ਇੰਨਾ ਕੰਮ ਵੀ ਨਹੀਂ ਕੀਤਾ, ਮੈਥੋਂ ਤੁਸੀਂ ਇੰਨੇ ਕੰਮ ਕਰਾਉਣੇ, ਇੰਨੇ ਕੰਮ ਕਰਾਉਣੇ, ਆਜੂਗੀ ਭੂਆ ਆਜੂ, ਜਿੰਨੇ ਵੀ ਕਹਿ ਦਿਓ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ। ਆ ਫੜਨੀ ਬੀਬੀ ਕਸ਼ੀ, ਮੇਰੀ ਗੱਲ ਸੁਣ ਲੈ, ਮੇਰੇ ਭਾਈ ਨੂੰ ਨਾ ਟੱਕਰਨ ਵਾਲੀ ਗੱਲ ਕਰ, ਤੈਨੂੰ ਮੈਂ ਇੱਕ ਵਾਰੀ ਸਮਝਾਤਾ ਲੈ, ਹੁਣ ਮੈਂ ਕਸ਼ੀਆ ਪੜੂੰਗੀ। ਮਾਰਦੇ ਨਹੀਂ ਗਲਤੇ ਕਸ਼ੀਆ ਮਾਰੂੰਗਾ, ਆਪ ਲੱਡ ਵਧਾਈ ਆਦੀ ਆ ਮੇਰਾ ਬੰਦਾ। ਬਲੇਡ ਮਾਰਦੇ ਪਹਿਲਾਂ ਤੋਂ ਫੋਟਾ ਤੋਂ ਪਹਿਲਾਂ ਕਰਦੇ ਕਾ ਤੋਂ ਮੇਰਾ। मम्मी जी मेरे हाथ ना ला जी, मेरे हाथ ना ला जी, तेन हथ चाके ले जाएंगे। मैं कुछ कर सकता, हारदिया इन्हां तो हूं मैं कहना की यह सरपंची करनिया की करनिया है। चल भेने आप भी चलिए, आप लेना भाई मेरी गल सुन ला, डरदिया भज गए कहना भी हूं यह चढ़ गई हवा मंगू, हूं अपने गुतनिया बनूगी। मैं तो मैं तार आदा सी भी फड़के ना दोनों गुतनी, आज तेन दरख से जना बननी सी बानू भेने, इन्ने बजे भी तो डरता गई। मेरी गल सुन ला, मेरे तो यह मथी सी ना भी बी देखी की जाता, पर सिच मार कसिया एक जन का झूठ वड्या जाता। भेने यह जहा काम मैं नहीं कर सकता, दोनों मैं तो इको जी लगदिया ने, मैं कि कसिया मारा जी तो मेरा कर दे पर मैं डर जाता। मेरी गल सुन ला, आप तो यह गल कह दे जो जारी आई अपने ना भूतनी, आप तो यह कह दे भी भाई नहर च छाल मार के मर गई, अपने की सिर लगनी सी, पर एक पासा हो जाता मेरा चाची को खड़ जांगे। चल वधिया वधिया, किधर गई है चाची का मोह आ फिर भी चाहे मैं खेत आ बैठी। हाँ। फिर भी गमान हूं मेरा बहुता उड़का है, मेरा भी हूं तो गमान भी ना जी नहीं लगता। गल कर फिर करिए की भाई मजबूरी होगी भी सारा दिन फिर यह लड़ाई झगड़ा तेन पता ही है।
ਲੋਕਾਂ ਨਾਲ ਕਰੀ ਜਾਂਦੀਆਂ ਨੇ। ਹੱਕ ਚੁੱਪ ਕਰਕੇ ਇੱਧਰ ਹੀ ਆ ਬੈਠੀ ਮੈਂ ਤਾਂ ਲੋੜੀ ਨੂੰ ਜਿੱਥੇ ਦੇ ਇੱਧਰ ਆਈਏ ਬਾਲਾ ਹੋਇਆ ਪਿਆ ਵੀ ਮੈਨੂੰ ਆਏ ਹੁੰਦਾ ਵੀ ਹਾਏ ਕਦ ਜਾ ਕੇ ਚਾਚੂ ਹੀ ਮਿਲਾ। ਆਏ ਤਾਂ ਹੈ ਭਾਈ ਪਿਆਰ ਜਾ ਹੋ ਰਹੀ ਹੋ ਜਾਂਦਾ ਨਾਲੇ ਫਿਰ ਪਤੇ ਸੀ ਪੁੱਤ ਤੁਸੀਂ ਦੁੱਧ ਲੱਸੀ ਲੈ ਕੇ ਜਾਂਦੇ ਸੀ ਮੇਰੇ ਕੋਲ। ਉਹੀ ਤਾਂ ਗੱਲ ਆ ਹੁਣ ਤੇਰੇ ਬਿਨਾਂ ਕਿਹਦੇ ਕੋਲੇ ਜਾਈਏ। ਹਾਂ ਉਹ ਤਾਂ ਤੈਨੂੰ ਪਤਾ ਵੀ ਜਦ ਕਮਲੀ ਆ ਉਹ ਤਾਂ ਨਹੀਂ ਪਤਾ ਕਿੱਥੋਂ ਬੋਲੇ ਨਾ ਭੈਣੇ ਅਸੀਂ ਜਾਂਦੇ ਦੇ ਕੋਲੇ ਤਾਂ ਨਹੀਂ ਤਾਂ ਜੁੱਤੀ ਲਾ ਕੇ ਮਗਰ ਪੈ ਜਾਂਦੀ ਅਗਲੇ। ਹੋਰ ਆਈ ਨਹੀਂ ਪਤਾ ਸਿੱਧੇ ਮੂੰਹ ਬੋਲ ਪਏ ਜਾਂ ਨਾ ਬੋਲੇ ਉਹਨੇ ਤਾਂ ਸੁਣੀ ਜਾਓ ਸੁਣੀ ਜਾਓ ਜੇ ਤਾਂ ਉਹਨੂੰ ਇੱਕ ਗੱਲ ਦਾ ਜਵਾਬ ਦਿੱਤਾ ਨਾ ਉਲਟਾ ਉਹਦਾ ਉਹਦੀ ਗੱਲ ਪੈ ਜਾਂਦੀ ਕਰਨ ਵਾਲੀ ਆ ਬਸ ਐ ਲੜਨ ਵਾਲੀ ਆ ਨਾ ਚਾਚੀ ਉਹਦੇ ਨਾਲ ਨਹੀਂ ਮੱਥਾ ਲੱਗਦਾ। ਹੋਰ ਭਾਈ ਚਾਹ ਦੀ ਘੁੱਟ ਬਣਾਵਾ ਨਾ ਬਸ ਚਾਚੀ ਚਾਹ ਤਾਂ ਬਸ ਪੀਤੀ ਹੋਈ ਆ ਘਰੇ ਪੀ ਕੇ ਤੁਰੀ ਸੀ ਮੈਂ। ਚੱਲ ਚੰਗਾ ਫਿਰ ਤੂੰ ਨਗਦੀ ਕਰਦੀ ਮੇਰੇ ਕੋਲ ਜ਼ਰੂਰ ਗੇੜਾ ਮਾਰ ਕੇ ਨਾ 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 ਕੋਈ ਨਾ ਤੇ ਨਾਲੇ ਇੱਕ ਦਿਨ ਤੂੰ ਹੁਣ ਜਦ ਪਿੰਡੋਂ ਆਈ ਨਾ ਮੈਂ ਤਾਂ ਪਿੰਡ ਹੁਣ ਜਾਂਦੀ ਨਹੀਂ ਹੈਗੀ ਮੇਰੇ ਤਾਂ ਦੇਖੀ ਮੱਥੇ ਲੱਗਣ ਨੂੰ ਜਣੀ ਜੀ ਨਹੀਂ ਕਰਦਾ ਗਾ ਤੇ ਮੇਰੀਆਂ ਬੀਪੀ ਦੀਆਂ ਗੋਲੀਆਂ ਫੜ ਕੇ ਲਿਆਦੀ ਨਾ ਕੋਈ ਨਾ ਫੜ ਲਿਆ ਹਾਂ ਤੇ ਪੱਤੇ ਲਿਆਦੀ ਫੜ ਕੇ ਪੈਸੇ ਮੈਂ ਤੈਨੂੰ ਦੇ ਦੂੰਗੀ ਠੀਕ ਹੈ ਜਿਹਦੇ ਕਿਤੇ ਨਗਦੀ ਕਰਦੀ। ਚਾਰ ਪੁੱਤ ਚੱਲੀਏ ਫਿਰ ਇਹਨੂੰ ਤੂੰ ਮੋਬਾਈਲ ਕਾਹਨੂੰ ਫੜਾਉਣੀ ਹੁੰਦੀ ਆ ਵਾਲਾ ਪੁੱਛਣਾ ਚਾਚੀ ਮੋਬਾਈਲ ਨਾਲ ਤਾਂ ਬਹੁਤ ਤਪਾਉਂਦੀ ਹੈ ਜੇ ਨਾ ਦੇਵਾਂ ਤਾਂ ਰੋਂਦੀ ਹੈਗੀ। ਇਹ ਨਿਗਾਹ ਦੇ ਵਿੱਚ ਅਸਰ ਪੈਂਦਾ ਜਵਾਕ ਦੇ ਨਾਲੇ ਤੇਰੇ ਕੋਲ ਮੋਬਾਈਲ ਅੱਡ ਹੈ ਇਹਨੂੰ ਨਿੱਕੀ ਜਿਹੀ ਨੂੰ ਮੋਬਾਈਲ ਦਵਾ ਰੱਖਿਆ ਤੁਸੀਂ ਇਹਨੂੰ ਇਹਦੇ ਪਿਓ ਨੇ ਲੈ ਕੇ ਦਿੱਤਾ ਮੈਡਮਾਂ ਨੂੰ ਸਕੂਲ ਵਾਲਾ ਕੰਮ ਭੇਜਦੀਆਂ ਨੇ ਹੈ ਪੁੱਤ ਮੋਬਾਈਲ ਨਾ ਦੇਖਿਆ ਕਰ ਵਾਲਾ ਚੰਗਾ ਨਿਗਾਹ ਘੱਟ ਜੂਗੀ ਫਿਰ ਇਨਕ ਲੱਗ ਜਾਂਦੀ ਹੁੰਦੀ ਆ। ਚੱਲ ਠੀਕ ਹੈ ਚਾਚੀ ਚੱਲ ਆ ਜਾ ਪੁੱਤ ਚੱਲੀਏ ਚੰਗਾ ਆ ਜਾ ਮੇਰੇ ਗੋਦੀ ਚਲੋ ਵੀ ਇਹ ਤਾਂ ਸਾਰਾ ਦਿਨ ਤੇਰੇ ਨਾਲ ਹੀ ਰਹਿੰਦੀ ਹੈ। ਹੋਰ ਮੇਰਾ ਬਾਲਾ ਕਰਦੀ ਹੈਗੀ ਹੋਰ ਭੂਆ ਭੂਆ ਕਰਦੀ ਰਹਿੰਦੀ ਹੈ ਹੋਰ ਬਾਲਾ ਹੀ ਕਰਦੀ ਹੈ ਭਾਈ। ਚੱਲ ਜਵਾਕ ਦਿੱਤਾ ਪਿਆਰ ਦਾ ਹੁੰਦਾ ਜਵਾਕ ਤਾਂ ਹੋਰ ਜਵਾਕ ਦਾ ਕੀ ਹੈ ਅੱਜ ਮਾੜਾ ਮੋਟਾ ਚੀਜ਼ ਬਸ ਤਾਂ ਹੁੰਦੀ ਹੈ ਜਵਾਕਾਂ ਨੂੰ ਅਗਲਾ ਲੈ ਦਿੰਦਾ ਭਾਈ। ਚੱਲ ਭੈਣੇ ਜੀਰੀ ਤਾਂ ਆਪਣੀ ਸਾਰੀ ਬਹੁਤ ਸੋਹਣੀ ਹੋਈ ਆ ਪੂਰਾ ਫਲ ਲਈ ਖੜੀ ਆ। ਭਾਈ ਫਸਲ ਤਾਂ ਬਥੇਰੀ ਸੋਹਣੀ ਹੈ ਕੀ ਕਰੀਏ ਮੇਰਾ ਤਾਂ ਜਾਣੀ ਕਿਤੇ ਜੀ ਵੀ ਨਹੀਂ ਲੱਗਦਾ। ਕਿਉਂ ਜੀ ਕਾਹਤੋਂ ਨਹੀਂ ਲੱਗਦਾ ਤੇਰਾ ਭਾਈ ਕੀ ਕਰੀਏ ਤੈਨੂੰ ਪਤਾ ਬਾਈ ਕੀ ਤੇਰੇ ਕੋਲ ਦੁੱਖ ਦੱਸਾਂ ਨਾਲੇ ਭੈਣ ਭਾਈਆਂ ਕੋਲ ਤਾਂ ਸਾਰਾ ਦੁੱਖ ਸੁੱਖ ਦੱਸਣਾ ਵੀ ਪੈਂਦਾ ਨਾਲੇ ਡਰਦੀਆਂ ਮੈਂ ਨਾਲੇ ਤੈਨੂੰ ਦੱਸਦੀਆਂ। ਤੂੰ ਦੱਸ ਲੁਕੋ ਨਾ ਰੱਖ ਕੀ ਗੱਲ ਹੈ। ਆ ਮੁੰਡਾ ਜਾ ਦੇਖ ਲੈ ਆ ਵੱਡਾ ਮੁੰਡਾ ਜਿੱਦਣ ਦਾ ਬਾਹਰ ਗਿਆ ਮੁੜ ਕੇ ਉਹਨੇ ਘਰੇ ਆਉਣ ਦਾ ਨਾਂ ਨਹੀਂ ਲੈਤਾ। ਜੇ ਉਹਨੇ ਨਾਂ ਨਹੀਂ ਲੈਤਾ ਤਾਂ ਉੱਥੇ ਕੋਈ ਕੰਮ ਕਰਦਾ ਹੈ ਉਹ ਤਾਂ 10 ਰੁਪਏ ਕਮਾਉਂਦਾ ਭੈਣੇ ਉਹਦਾ ਫਿਕਰ ਕੋ ਕਰਦੀਆਂ। ਭਾਈ ਮਾੜਾ ਮੋਟਾ ਤਾਂ ਬੰਦੇ ਨੂੰ ਘਰ ਦੀ ਖਬਰਸਾਰ ਲੈਣੀ ਚਾਹੀਦੀ ਆ ਮਾੜਾ ਮੋਟਾ ਕਰੇ 10 ਮਹੀਨੇ ਵੀ ਦਿਨ ਦੀ ਛੁੱਟੀ ਆ ਸਕਦਾ ਉਹ। ਓਏ ਉਹ ਤਾਂ ਠੀਕ ਹੈ ਭੈਣੇ ਉਹ ਕਿਹੜਾ ਨੇੜੇ ਕਿਤੇ ਗਿਆ ਵਾ ਵੀ ਐ ਹੁਣ 15 ਦਿਨ ਉੱਥੇ ਕੰਮ ਕਰਕੇ ਫਿਰ 5 ਦਿਨ ਉਰੇ ਆ ਜੂ ਐ ਨਹੀਂ ਆ ਜਾਂਦਾ ਉਤੋਂ। ਆ ਛੋਟੇ ਨੇ ਅੱਡ ਲਹੂ ਪੀ ਲਿਆ ਸੀਗਾ ਆ ਬਹੂ ਜੀ ਪੇਕੀ ਜਾ ਕੇ ਬੈਠ ਗਈ ਉਹਨਾਂ ਨੂੰ ਐ ਹੈਗਾ ਵੀ ਮੈਂ ਆਪਦੇ ਘਰੇ ਵਗ ਜਾ ਪਤਾ ਨਹੀਂ ਹਲੇ ਕੀ ਭਾਲਦੀ ਐ ਇਹ ਮੁੰਡਾ ਜਾ ਤਾਂ ਉਹ ਕੁੜੀ ਨੂੰ ਲੈ ਕੇ ਪਤਾ ਨਹੀਂ ਕਿੱਧਰ ਨਿਕਲਿਆ ਕਿੱਧਰ ਨਾ ਉਹਨੇ ਨਹੀਂ ਮੁੜ ਕੇ ਘਰੇ ਬੱਤੀ ਬਾਹੀ ਨਾ ਛੋਟਾ ਹੋਰ ਕੁੜੀ ਨੂੰ ਲੈ ਕੇ ਭਾਗੇ ਲੈ ਹੋਰ ਹੁਣ ਤੈਨੂੰ ਪਤਾ ਤਾਂ ਹੈਗਾ ਬਾਈ ਮੈਂ ਤਾਂ ਕਹਿੰਦੇ ਕੱਲੇ ਹੀ ਗਿਆ ਬਹੂ ਨਾਲ ਲੜ ਕੇ ਕਾਨੂੰ ਕਾਨੂੰ ਉਹ ਆਈ ਸੀ ਜਿਹੜੀ ਕਹਿਣਾ ਸੀ ਵੀ ਇੱਥੇ ਰਹੂਗੀ ਮਹੀਨਾ 20 ਦਿਨ ਆ ਬੋਟਾਂ ਤੱਕਰ ਤੇ ਉਹਦੇ ਨਾਲ ਤਾਂ ਗਿਆ ਹੋਇਆ ਕੁੜੀ ਨਾਲ ਇੱਥੇ ਬੈਠੋ ਬੀਬੀ ਹੈ ਮੈਂ ਇੱਧਰ ਵਹੀਂ ਦੇ ਆ ਜਾ ਭਾਈ ਆ ਜਾ ਚਾਲੇ ਬਹਿ ਜਾਣ ਬਹਿ ਜਾ ਭਾਈ ਬਹਿ ਜਾ ਤੇਰੇ ਬਿਨਾ ਤਾਂ ਸਰ ਤਾਂ ਨਹੀਂ ਠੀਕਾ ਤੂੰ ਤਾਂ ਕਾਸ ਗੱਲਬਾਤ ਸੜਨਾ ਮੈਂ ਤਾਂ ਨਹੀਂ ਹੋਣੀਆਂ ਮੈਂ ਤਾਂ ਨੱਗੇ ਪੈਰੀ ਫਿਰਦੀਆਂ ਉਰੇ ਠੰਡੀ ਪਰਚ ਲੱਗਿਆ ਮੈਨੂੰ ਐ ਦੱਸ ਜਿਹੜੇ ਆ ਏਡੇ ਏਡੇ ਲੱਗਦੇ ਅੰਬ ਨੇ ਹੈ ਪਖਾਈਏ ਤੋੜ ਕੇ ਇਹਨਾਂ ਨੂੰ ਇਹਨਾਂ ਨੂੰ ਬਿੱਲ ਕਹਿੰਦੇ ਨੇ ਭਾਈ ਬਿੱਲ ਇਹਦਾ ਜੂਸ ਕਿੰਨੇ ਵਜੇ ਭਰਨਾ ਪੈਂਦਾ ਹੈ ਬਿੱਲੋ ਜੂਸ ਨਿਕਲਦਾ ਆ ਦਿਲ ਦਾ ਜੂਸ ਨਿਕਲਦਾ ਭਾਈ ਜਿਵੇਂ ਆਪਾਂ ਮਸਮੀਆਂ ਦਾ ਜੂਸ ਕੱਢ ਲੈਨੇ ਐਵੇਂ ਜਿਵੇਂ ਇਹਨਾਂ ਦਾ ਨਿਕਲਦਾ ਹੈ ਤੇ ਦੇਖਦਾ ਰੰਗ ਫਿੱਟ ਗਿਆ ਇਹ ਕਰਾਣਾ ਵੀ ਆਪਾਂ ਤੇ ਰੰਗ ਰੁੰਗ ਇਥੇ ਰੰਗ ਥੋੜੇ ਹੋਏ ਕੱਚੇ ਪੱਤੇ ਆ ਗੁਰੀ ਹਜੇ ਇਹ ਕੱਚੇ ਪੱਤੇ ਤਾਂ ਕਰਕੇ ਆ ਨਵੇਂ ਪੱਤੇ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੇਰੇ ਸੂਟ ਲੈ ਕੇ ਦੇ ਦੇ ਨਹੀਂ ਲੈ ਦੂੰਗੇ ਸੂਟ ਤੈਨੂੰ ਸੂਟਾਂ ਦੀ ਬਣੀ ਪਈ ਹੈਗੀ ਮੈਨੂੰ ਹੋਰ ਟੈਨਸ਼ਨ ਲੱਗੀ ਪਈ ਆ ਜੀਦੀ ਵੇਚ ਦਿੰਨੇ ਆ ਨਹੀਂ ਜੀਰੀ ਹਲੇ ਕਿੱਥੋਂ ਆ ਹਲ ਤਾਂ ਤੇਰੀ ਪਤੰਦਰ ਨਹੀਂ ਆਲ ਹੈ ਇਹ ਤਾਂ ਹਰੀ ਪਈ ਆ ਝਾਕ ਲੈ ਹਲ ਤਾਂ ਪੱਕੀ ਵੀ ਨਹੀਂ ਗਈ ਉਹਦਾ ਗੁਰੀ ਠੀਕ ਹੈ ਆ ਕੱਚੀ ਪਈ ਆ ਹਜੇ ਤੂੰ ਕੀ ਫੋਲ ਲੈਣਾ ਹਾਂ ਤੂੰ ਲਾ ਕੇ ਦੇਈ ਉਹਨੂੰ ਮੈਨੂੰ ਲੱਗਦਾ ਇਹਦੇ ਚ ਪੈਸੇ ਮੁੱਕੇ ਪੈਣੇ ਭਾਈ ਪੈਸੇ ਤਾਂ ਕੰਨ ਕੋਣ ਲਾ ਕੇ ਦੇਈ ਤੂੰ ਜਿਹਨੂੰ ਮਾਇਕੀ ਖਰਾਬ ਹੋਏ ਪਏ ਨੇ ਸਤਿ ਸ੍ਰੀ ਅਕਾਲ ਕਿਵੇਂ ਮੈਂ ਕਹਿੰਦੀ ਆ ਤੈਨੂੰ ਸਤਿ ਸ੍ਰੀ ਅਕਾਲ ਕਿਵੇਂ ਆਗਾ ਮੈਂ ਠੀਕ ਆ ਜੀ ਬਸ ਮੈਂ ਤੇਰੇ ਨਾਲ ਕਬੀਲਦਾਰੀ ਦੀ ਗੱਲ ਕਰਦੀ ਸੀ ਬੀਬੀ ਨੂੰ ਕਹੀ ਮੈਨੂੰ ਸੂਟ ਲੈ ਕੇ ਦੇ ਦੂਗੀ ਕਹਾਂ ਗੱਲ ਕਰਾਂ ਮੈਂ ਮੇਰੇ ਕੋਲ ਹੀ ਬੈਠੀ ਆ ਕਹਿੰਦੀ ਨਹੀਂ ਤੇਰਾ ਮੂੰਹ ਹੀ ਮੂੰਹ ਬੀਬੀ ਕਹਿੰਦੇ ਤਾਂ ਹਲੋ ਨਾ ਇੱਧਰ ਗੱਲ ਕਰਦੀ ਸੀ ਸਤਿ ਸ੍ਰੀ ਅਕਾਲ ਪੁੱਤ ਹੋਰ ਠੀਕ ਆ ਪੁੱਤ ਹਾਂ ਹਾਂ ਮੈਂ ਤਾਂ ਠੀਕ ਆ ਪੁੱਤ ਹੋਰ ਰੋਟੀ ਪਾਣੀ ਖਾ ਲਿਆ ਤੇਰੀ ਗੱਲ ਕਰਾਂ ਹਾਂ ਪੁੱਤ ਮੈਂ ਤਾਂ ਵੇਲੇ ਨਾਲ ਹੀ ਖਾ ਲੈਣੀ ਆ ਮੇਰੀ ਰੋਟੀ ਦਾ ਕੋਈ ਫਿਕਰ ਕਰਦਾ ਮੈਨੂੰ ਤਾਂ ਪੁੱਤ ਤੇਰੀ ਰੋਟੀ ਦਾ ਫਿਕਰ ਹੈ ਤੇ ਤੂੰ ਬਾਹਰ ਐਡੀ ਦੂਰ ਗਿਆ ਹੋਇਆ
मामा तेरी फ्रेंड से तो हां हां भाई ना ना लोड नहीं भाई मैनू फ्रेंड से की कोई लोड नहीं चल ठीक है पुत्ता बोटा तेरे मुंह पवा दो छूटदा कहदे नु छूटदा छूट दबा दूंगा मैं हां कोई ना पुत्ता ले दूंगी मैं सूट ट्रक सूट तू ले दी चिंटी मैं कोई ना लिया देंगे जब तक पुत्ते एक बारी कहता कोई गल नहीं हां सच्ची गल है सिद्धरी रखनी भी बथेरी औखी है गुरजंट मोहालिया कहने ने गुरजंट मोहालिया उन्हें सिंते है मेरा सूट तो आया सी साढ़े 500 का सूट आया सी 1000 रुपया सियाई ले गए चल छोटे सूट तो महंगे आंदे को बुढ़िया के सूट महंगे होंगे बीबी का 150 का आया फिर भी गल कर लांगे बाजार चल दियो एक गत्ता गुड़दा लिया पर सरपंची करके लोड़ पऊगी चंगी भली मेरे जमीन दे आ तो मैं ढूं ही मार दे नरेगा च जान दी देख ला भाई ला खेती पत्ती वाले ਮੈਨੂੰ ਤੁਹਾਡੇ ਨਾਲ ਤੁਹਾਡਾ ਕੋਈ ਸੰਪਰਕ ਨਹੀਂ ਮੈਂ ਗਲੀਆਂ ਬਣਾਉਣੀਆਂ ਨਾਲੀਆਂ ਬਣਾਉਣੀਆਂ ਘਰ ਬਣਾਉਣੇ ਜਿਹੜੇ ਦੇ ਪੈਣ ਯੋਗ ਨੇ ਠੀਕ ਆ ਮੈਂ ਉਹ ਕੰਮ ਕਰਨਾ ਚਧਾਰੇ ਵਾਲੇ ਕੰਮ ਕਰਨੇ ਆ ਪੌਣੀ ਕੰਮ ਕਰਨੇ ਚੱਲ ਕੋਈ ਨਹੀਂ ਹਾਂ ਛਾਰੇ ਨਹੀਂ ਮੰਨਣੀ ਆ ਛਾਰਾਂ ਦੀ ਸੁਣਨੀ ਆ ਹਾਂ ਹਾਂ ਕੀ ਕਰਦਾ ਜਿੰਨੇ ਤੂੰ ਮੇਰੀ ਸੁਣਦੀ ਆ ਨਾ ਐਵੇਂ ਜਿਵੇਂ ਤੂੰ ਲੋਕਾਂ ਦੀ ਸੁਣਿਆ ਕਰੇਂਗੀ ਹੈ ਕਿਸੇ ਦੀ ਚਾਹ ਜਿਹੜੇ ਗੱਤ ਨਾ ਡਾਦੀ ਨਹੀਂ ਤੇਰੇ ਵਾਲੀ ਵੀ ਖੋ ਕੇ ਪੀ ਗਈ ਹਾਂ ਨਹੀਂ ਪੀ ਲੈ ਤੂੰ ਆਪਣਾ ਭੱਬਾ ਭਰ ਲੈ ਕੋਈ ਗੱਲ ਨਹੀਂ ਮੈਂ ਤਾਂ ਬਿਨਾ ਚਾਹ ਤੋਂ ਸਾਰ ਦੇ ਵੱਡੇ ਤਾਂ ਬੈਠੇ ਨੇ ਬਿਸਕੁਟਾਂ ਨੂੰ ਹੱਥ ਨਹੀਂ ਲੈ ਤਾਂ ਇੱਕ ਚੱਕੀ ਆ ਤਾਂ ਇੱਕ ਚੱਕ ਕੇ ਰੱਖ ਨਹੀਂ ਸਕਦੀ ਛੱਡ ਬਾਈ ਤੂੰ ਵੀ ਲੈ ਚੱਕੋ ਵੱਡੇ ਮਾਮੇ ਨੂੰ ਚੱਕ ਲੈਂਦੇ ਕਰ ਜਾ ਮਾਮਾ ਮੈਂ ਚੱਕਦਾ ਫਿਰ ਤੂੰ ਚੱਕ ਲਈ ਚੰਗਾ ਤੂੰ ਖਾ ਲੈ ਪਹਿਲਾਂ ਤੂੰ ਬਸ ਕਰ ਜਾ ਕਰਿਆ ਨਹੀਂ ਵੀ ਪਕੇ ਪਾਲਾ ਜਮਾ ਸੱਚੀ ਮਾਇ ਕਹਿੰਦੀ ਇੱਕ ਵੇਲੋਂ ਟੁੱਟੀਆਂ ਦੋਨੇ ਜਿੱਤੇ ਵੋਟਾਂ ਪੈਣ ਲੱਗ ਗਈਆਂ ਉੱਤੇ ਬਣਾ ਰਾਂਗੇ ਨੂੰ ਆਹੋ ਲੈ ਉਹ ਮਾਂ ਖਾ ਕੇ ਦੇਖ ਨਾ ਇਹ ਮੈਂ ਮੈਨੂੰ ਖਾ ਲੈ ਐ ਕਰ ਮੇਰੀ ਗੱਲ ਤਾਂ ਸੁਣ ਲੈ ਬੁਰੀ इनू छड़ के क्यों ना एदी सस नु कहे बुआ पहले नंबर दस्ते हो गई हां बुआ नु बुलाओ तूनु बुलाओ ओ ले जी मेनू ना मैं तेरे ब्याह ही ना कर दगा छी किदे ना ना बुआ नाल ना ना आ का तो कहे सुख सानी मेरे भाई नु मैं ब्याह कर देनी है थोड़ी हां साडा की बट्टा हो जाऊगा फिर हां ना तो यही बरी है ना यही बरी ना थोड़ी मैं ब्याह कराऊं नाले हुन मेरी की उम्र रहेगी ब्याह कराउन दी भाई ना ना ले भाई ਇਹ ਜੇ ਗੱਲਾਂ ਕਰਦਾ ਤੂੰ ਸੋਹਣਾ ਲੱਗਣਾ ਕਿਤੇ ਇੰਨਾ ਇੱਜ਼ਤਦਾਰ ਮੇਰਾ ਭਾਈ ਆ ਐ ਦੱਸ ਹੁਣ ਨਹੀਂ ਮੈਂ ਵਿਆਹ ਕਰਾਉਂਦਾ ਭਾਈ ਹੁਣ ਕਾਮਣਾ ਵੱਧੀ ਜਾਂਦੀ ਆਗੀ ਲਖਾ ਚੱਜ ਕਫਰੰਟ ਰਿਪ ਕਰਾ ਰੰਗ ਬੈ ਨਾ ਕਰੀ ਚੰਗਾ ਧਰ ਦੇ ਉਹ ਕੀ ਹੁੰਦੀ ਆ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਉਹਦਾ ਪਤਾ ਨਹੀਂ ਮੈਂ ਤਾਂ ਮੱਕਰ ਕੇ ਮੁੰਡੇ ਨੇ ਕਾਚੀ ਵੋਟਾ ਪਾਉਣ ਵਾਸਤੇ ਕਰ ਲਿਆ ਮੈਨੂੰ ਤਾਂ ਆਪ ਨਹੀਂ ਪਤਾ ਕੀ ਹੁੰਦੀ ਆ ਅੱਛਾ ਧਰ ਤੇ ਛੇੜੋ ਨਾ ਮੈਨੂੰ ਖਾ ਲੈਣ ਤੇ ਜਦੋਂ ਮੇਰੇ ਢਿੱਡ ਭਰ ਕੇ ਉਹ ਚੱਕ ਲਿਓ ਤੁਸੀਂ ਚਵਾ ਆ ਆ ਜੇ ਵੀ ਬਗਰ ਨਖਰੇ ਨਾ ਕਰ ਧਰ ਦੇ ਤੂੰ ਦੇਖ ਲੈ ਭਾਈ ਕਿਤਾ ਦੇ ਦੇ ਪੋਰਾ ਵੀ ਨਹੀਂ ਖਾਣ ਦਿੰਦੀ ਸਾਨੂੰ ਤੱਲਾ ਤਾਂ ਕਰੀਏ ਕੀ ਲਿਆ ਦੇ ਉਹਨੂੰ ਸਮਾਨ ਚੱਲ ਇੱਥੇ ਨਿਆਣੀਆਂ ਨੇ ਇਹਨਾਂ ਨੂੰ ਖਾ ਲੈਣ ਦੇ ਭੈਣੇ ਆਪਾਂ ਨਾ ਕੀ ਆਪਾਂ ਦਾ ਸਾਥ ਲੈ ਕੋਈ ਗੱਲ ਨਹੀਂ ਆਪਾਂ ਦਾ ਸਾਥ ਐ ਤੂੰ ਵੋਟਾਂ ਮੇਰੇ ਸਾਨੂੰ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਟੈਂਟ ਲਾਵੇਂਗੀ ਖੜਨ ਦੇਵੇਂਗੀ ਸਾਨੂੰ ਬਾਹਰ ਕੱਢ ਦੇਵੇਂਗੀ ਮਿੰਟ ਤੋਂ ਮਿੰਟ ਵੋਟਾਂ 'ਚ ਕੰਮ ਆ ਜਾਣਗੇ ਬਿਸਕੁਟ ਜਿਹੜਾ ਕੋਈ ਆਇਆ ਕਰੂ ਨਹੀਂ ਦੇ ਮੇਰੀ ਗੱਲ ਸੁਣ ਲੈ ਅਸੀਂ ਬਿਸਕੁਟ ਖਾਣੇ ਨੇ ਖਾਣ ਵਾਸਤੇ ਲਿਆਂਦੇ ਨੇ ਜਦੋਂ ਤੇਰੇ ਜਨੂ ਖਾਣ ਤੇ ਵੋਟਾਂ ਬਣਾਈਏ ਨਹੀਂ ਤਾਂ ਸੱਚੀ ਹਾਂ ਲੈ ਲਿਫਾਫਾ ਉਹਦਾ ਕਰ ਤੂੰ ਫੂਣਾ ਕੇ ਵਿੱਚ ਕੋਈ ਕੋਈ ਵੋਟਾਂ ਨਾਲ ਦੇਖੋ ਕਿਸੇ ਦਾ ਫੜ ਜਾ ਹਲੋ ਹਾਂ
नहीं मैं घरे से वैसे था की गल वोटा पवा दी चल कोई ना भैने मैं तेन फिर फोन करूंगी चंगा हूं तो मैं वोटा पच्ची वोटा बता दी चंगा मासी टब्बर गल करी आने जो जेडिया गलां तू कर दी ना मेन लगता तू करी कतरी ते पानी फिरूगी मेन तेरे चलन चाल लगते ने माड़ा ना बोली मुंह चो जबान ना कड़ी बेबे माड़े मेनू वोटा च ना हरा दे तू हराने वाली गल्ला तो तू आप ही कर दी है मां कौन है तेन हराने वाली लिया दूंगी सूट मैं पी लिया था चुस गई चाह हो सुना पुत खड़ी हो रही है कागज भरे जाणगे तुसीं कागज भरो भाई कागज भरने पैणगे जी हां जी कागज भरने पैणगे जी मैं गल रोज कर दी भी तू तो कहनी मैं सरबसंति नाली खड़ी हुई है मेनू पता पानी च मधानी पा देनी है ना तो ऐसी बेचारे की कोई मुल गल पैना ना ही अपना पैना ठीक है पर तू बोल मार फार्म भरने पैणगे वोटा नी पाई पी फार्म भरने पैणगे फिर मतलब इलेक्शन लड़ सकदी तू फिर पैसे भी भरने पैंदे जदों फार्म भरांगे कुछ नहीं भरना पैंदा जी कल्ला फार्म भरना ते प्रूफ लगन गे हां तेरिया फोटो तेरा आधार कार्ड लगूगा ते एक तरह गुठा लगू भाई ओ सारे दी फोटो लगनियां साडियां जी नहीं कल्ले जेड़ा खड़ा होऊ वोटा मैं वोटा च कड़ी प्यारी फोटो लगूगी फोटो ला के आवांगा नी पिप स्कूल गो च ओना फोटो तो लहावांगी फिर भाई जद हुण फार्म ना लाऊंगी हां हां ते छड्डे बाबा सारे बैनर जे पए जो नहीं लग सकदे ओ भाई बाद च ही लगणगे ना बाद च लगन गे पहला सुनू आ कराओ ओदू बाद सारा काम होना है तू नाल खड़ जी वीरा वे वोटा आपा पक्कियां करवा दी जे नहीं नहीं कोई गल नहीं जी हां तेरी मां नाल ते मेरी बहुत ज्यादा मोह प्यार सी तेरी ते भी सारा नाल ही मोह प्रेम हां ना सारा नाल नाल किछ ना बणदी तेरी लड़ाकी हर इक नाल लड़ पैंदी आ ना बणदी क्यों नहीं जे मेरी बणदी तो सही है ना ना भाई कस दी लोड़ नहीं चल पी आउंदे आउंदे होया पी आया होऊगा भाई ता हां जी हां ये ता खैर कोई नहीं हुण चंगी तरह समझ लै भाई कागज भर ना समझ ना पी भरा देणगे फार्म आधार कार्ड जे तू किसी नु पुठा बोल पी ना तेरे फार्म सारे रिजेक्ट कर देने झूठ बदगसी में आने पैणगे ते होर फेर ही जितोंगे अच्छा ठीक है ठीक है ठीक है कोई गल नहीं बीबी चाह दो भाई रोटी पानी दो मैं जानी हां फिर मैं फोटो मां पा ले ट्रंक च आधार कार्ड पिया सी मेरा तू किथे जानी है उदू बाद डर कार्ड पालन जानी है पाल ले हो गई भाई की करिए पक्का
ਬੋਟਾ ਚ ਪੰਗਾ ਲੈ ਰੱਖਿਆ ਸਾਰੇ ਪਿੰਡ ਨੂੰ ਕਹਿ ਰੱਖਿਆ ਸਾਡੇ ਤਾਂ ਘਰੇ ਆ ਜਾਂਦੀਆਂ ਨੇ ਬੁੜੀਆਂ ਵੀ ਥੋੜੀ ਕੋਲ ਵੋਟਾਂ ਚੁੱਟੀਆਂ ਵੋਟਾਂ ਚੁੱਟੀਆਂ ਹੁਣ ਤੈਨੂੰ ਪਤਾ ਹੀ ਆ ਪੁੱਤ ਵੋਟਾਂ ਤਾਂ ਜਿਹੜੀਆਂ ਪੈਣਗੀਆਂ ਉਹ ਤਾਂ ਸਾਡੇ ਮੂੰਹ ਨੂੰ ਪੈਣਗੀਆਂ ਸੋਨੂੰ ਕਿਵੇਂ ਲੱਗਦਾ ਜੀ ਵੀ ਜਿੱਤੂ ਜੀ ਸਾਡੀ ਇਹ ਬਹੂ ਦੇਖੋ ਜੀ ਮਿਹਨਤ ਕਰੋਗੇ ਆਪੀ ਜਿੱਤਣਗੇ ਜੀ ਕਹਿੰਦੇ ਅਸੀਂ ਸਾਰੇ ਪਿੰਡ ਨੂੰ ਫਿਰਦੇ ਆ ਸਾਰੇ ਕਹਿੰਦੇ ਵੋਟਾਂ ਤਾਂ ਸੋਨੀ ਪਾਵਾਂਗੇ ਸੋਨੀ ਪਾਵਾਂਗੇ ਫਿਰ ਇਹਦੀ ਕਿਸਮਤ ਆ ਜੀ ਹਾਂਜੀ ਹਾਂਜੀ ਇਹਦਾ ਕਿਸਮਤ ਹੈ ਤੈਨੂੰ ਪਤਾ ਹੀ ਅੱਜ ਕੱਲ ਕਹਿੰਦਾ ਤਾਂ ਅਗਲਾ ਹਰੇਕ ਹੀ ਹੁੰਦਾ ਹਾਂ ਕਿਸੇ ਦਾ ਕੋਈ ਦਿਲ ਨਹੀਂ ਤੋੜਦਾ ਹੁੰਦਾ ਵੀ ਅਸੀਂ ਸੋਨੂੰ ਵੋਟ ਨਹੀਂ ਪਾਉਂਦੇ ਹਰੇਕ ਹੀ ਭਾਈ ਐਂ ਕਹਿੰਦਾ ਤਾਂ ਕਹਿੰਦਾ ਵੀ ਹਾਂ ਵੋਟਾਂ ਪਾਵਾਂਗੇ ਸਾਰੀਆਂ ਵੋਟਾਂ ਸੋਡੀਆਂ ਨੇ ਫਿਰ ਬਾਈ ਪਏ ਤੋਂ ਜਾਣੀਆਂ ਹੈ ਨਾ ਵੋਟਾਂ ਬਿਲਕੁਲ ਕੀ ਤਸੱਲੀ ਅੱਜ ਕੱਲ ਲੋਕਾਂ ਦੀ ਮਿੰਟ ਚ ਵੋਟਾਂ ਵਾਲੇ ਦੇਣੀ ਆਟੋਮੈਟਿਕ ਹੀ ਘੰਟੇ ਵਿੱਚ ਹੀ ਦੁਨੀਆ ਬਦਲ ਜਾਂਦੀ ਹੈ ਮਾਂ ਕਹੇ ਜੀ ਮਿੰਟ ਦੇ ਵਿੱਚ ਬਦਲ ਜਾਂਦੀ ਹੈ ਜੀ ਤੁਸੀਂ ਤਾਂ ਹੁਣ ਪਤਾ ਹੈ ਸਾਰ ਦਿਨ ਕਮੇਟੀ ਚ ਰਹਿੰਦੇ ਹੋ ਹਾਂਜੀ ਹਾਂਜੀ ਸਾਰੇ ਕੰਮਾਂ ਦੇ ਵਿੱਚ ਤੁਸੀਂ ਪੁੱਤ ਆਏ ਹੋਏ ਹੋ ਹਾਂਜੀ ਹਾਂਜੀ ਇਸ ਕਰਕੇ ਸੁਣ ਤਾਂ ਹੁਣ ਭਾਈ ਪਤਾ ਹੈਗਾ ਠੀਕ ਹੈ ਜੀ ਸਾਡੇ ਵਰਗੇ ਨੂੰ ਤਾਂ ਪੁੱਤ ਘੱਟ ਪਤਾ ਹੈ ਅਸੀਂ ਤਾਂ ਵੋਟਾਂ ਪਾਉਣ ਵਾਲੇ ਹੁੰਦੇ ਆ ਜਿਹੜਾ ਕੋਈ ਵੋਟਾਂ ਚ ਉੱਠ ਖੜਿਆ ਤੇਰੇ ਵਰਗੇ ਆ ਜਾਂਦੇ ਨੇ ਵੀ ਆਂਟੀ ਵੋਟ ਪਾਏ ਵੋਟ ਪਾਇਓ ਚੱਲ ਭਾਈ ਤੁਹਾਡੇ ਮੂੰਹ ਨੂੰ ਅਸੀਂ ਵੋਟ ਪਾ ਦਾਨੇ ਹੁੰਦੇ ਆ ਠੀਕ ਹੈ ਅਗਲੇ ਨੂੰ ਐ ਕਹਿ ਕੇ ਆਏ ਹੁੰਦੀ ਆ ਬਾਈ ਇਹ ਗੱਲ ਨਹੀਂ ਆਂਟੀ ਇੱਕ ਗੱਲ ਹੋਰ ਵੀ ਹੈ ਪਿੰਡ ਦੇ ਕੰਮ ਵੀ ਕਰਾਉਣੇ ਪੈਣਗੇ ਜੇ ਜਿੱਤ ਗਈ ਕੱਲੀਆਂ ਵੋਟਾਂ ਵੋਟਾਂ ਨਾਲ ਨਹੀਂ ਨਾ ਅਗਲੇ ਨੂੰ ਕੁਛ ਦੱਸੋ ਨਾ ਐ ਤਾਂ ਜੀ ਇਹ ਆਪ ਹੀ ਕਹਿੰਦੀ ਹੈ ਉਹ ਦੇਖਣ ਨੂੰ ਤਾਂ ਲੱਗਦੀ ਹੈ ਵੀ ਇਹ ਜੱਬਲ ਜੀ ਹੈ ਕਿਤੇ ਤਾਂ ਕਹਿੰਦੇ ਆ ਮੈਂ ਆ ਸਾਰੀਆਂ ਗਲੀਆਂ ਪੱਕੀਆਂ ਕਰਾ ਦੂੰ ਤੇ ਮੀਟਰ ਲਵਾ ਦੂੰ ਤੇ ਬਿੱਲ ਮਾਫ ਕਰਾ ਦੂੰ ਤੇ ਕੀ ਕਹਿੰਦੇ ਹੁੰਦੇ ਆ ਜਿੱਥੇ ਕਈ ਗਲੀਆਂ ਦੇ ਨੁੱਕਰਾਂ ਜੁੜ ਜਾਂਦੀਆਂ ਉੱਥੇ ਵੱਡੇ ਗੇਟ ਲਵਾ ਦੂੰ ਵੀ ਮਤਲਬ ਕੋਈ ਹਾਂ ਇਹ ਤਾਂ ਗੱਲਾਂ ਬਾਲੀਆਂ ਜਾਣਦੀ ਹੈ ਨਹੀਂ ਨਹੀਂ ਵਧੀਆ ਜੀ ਜਿੰਨਾ ਇਹ ਜਾਣਦੀ ਹੈ ਜਿੰਨਾ ਕਹਿੰਦੀ ਹੈ ਵਧੀਆ ਸਮਾਂ ਫੇਰ ਹੀ ਵੋਟਾਂ ਪੈਣਗੇ ਇਸੇ ਕਰਕੇ ਅਸੀਂ ਖੜੇ ਆ ਨਾਲ ਵੀ ਜਦੋਂ ਇੰਨੀਆਂ ਗੱਲਾਂ ਜਾਣਦੀ ਹੈ ਇਹ ਫੇਰ ਇਹ ਜਿੱਤ ਜੂਗੀ ਕਹਿੰਦੀ ਲੇਟਾਂ ਲਵਾਉ ਚੌਂਕ ਚ ਬਸ ਥੋੜੇ ਥੋੜੇ ਉਸ ਨਾਲ ਵਿੱਥੀ ਨਾਲ ਮੈਂ ਕਹਿੰਦੀ ਲੇਟਾਂ ਲਵਾਉਣੀਆਂ ਨੇ ਫੇਰ ਪੁੱਤ ਇਹ ਗੱਲ ਹੈ ਵੀ ਆਈ ਨੀ ਪਤਾ ਹਜੇ ਕਮਲੇ ਦੇ ਨਾ ਹੁਣ ਤਾਂ ਸਾਡੀ ਚੱਲ ਆਪਦਾ ਕੇ ਆਪ ਬਗੋਇਆ ਆਪੇ ਖੱਜਲ ਹੋਇਆ ਉਹ ਗੱਲ ਚੱਲ ਤੈਨੂੰ ਨਹੀਂ ਪਤਾ ਹੋਊਗਾ ਮੇਰੇ ਮੂੰਹ ਤੋਂ ਨਿਕਲ ਗਈ ਚੱਲ ਭਾਈ ਕੋਈ ਨਾ ਪਿੰਡ ਦੇ ਬੰਦਿਆਂ ਨੂੰ ਤਾਂ ਦੱਸਣੀ ਪੈਂਦੀ ਹੈ ਕਿ ਕਮੇਟੀ ਚ ਜਾਵਾਂਗੇ ਪਰਸੋਂ ਨੂੰ ਉਹਨੂੰ ਨਾਲ ਲੈ ਕੇ ਕੀ ਪਤਾ ਉੱਥੇ ਕੀ ਬੋਲ ਪਏ ਭੈਣ ਭਾਈ ਮਾੜੀ ਮੋਟੀ ਗੱਲ ਦਾ ਪਰਦਾ ਢੱਕ ਦਿੰਦਾ ਹੁੰਦਾ ਠੀਕ ਹੈ ਠੀਕ ਹੈ ਕੀ ਪਤਾ ਬਸ ਇਹ ਤੁਸੀਂ ਖਿਆਲ ਰੱਖਿਓ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਤੇ ਮੈਂ ਤਾਂ ਪੁੱਤੇ ਇਹ ਗੱਲ ਕਹਿੰਦੇ ਵੀ ਕੀ ਪਤਾ ਕਿ ਲੱਕੜੀ ਦੇ ਸੰਗ ਤਾਂ ਕਹਿੰਦੇ ਲੋਹਾ ਵੀ ਤਰ ਜਾਂਦਾ ਬਿਲਕੁਲ ਜੀ ਪਤਾ ਦੀ ਕਿਸਮਤ ਬਾੜੂ ਜੀ ਦੀ ਜਾ ਗਈ ਪਵੇ ਹਾਂਜੀ ਹਾਂਜੀ ਵੋਟਾਂ 'ਚ ਵਧੀਆ ਜਿੱਤ ਜੇ ਸਰਪੰਚ ਹੀ ਲੈ ਜੇ ਬਿਲਕੁਲ ਜੀ ਚੱਲ ਵਧੀਆ ਆਪਦਾ ਚੱਲ ਭਾਈ ਇਹ ਨਹੀਂ ਕੰਮ ਕਰੋ ਉਸੇ ਕੋਈ ਨਾ ਕਹਿ ਕੇ ਕਰਾ ਦਿਆ ਕਰਾਂਗੇ ਕੰਮ ਨਹੀਂ ਨਹੀਂ ਕੋਈ ਠੀਕ ਹੈ ਜੀ ਵਧੀਆ ਜੀ ਨਾ ਅਸੀਂ ਤਾਂ ਉਹ ਬੇਰੀ ਵਾਲਾ ਬਾਬਾ ਹੈ ਉੱਥੇ ਵੀ ਸੁੱਖ ਸੁੱਖੀ ਹੋਈ ਹੈ ਵੀ ਸਾਰਿਆਂ ਨੂੰ ਲੱਡੂ ਵੰਡਾਂਗੇ ਜੇ ਸਾਡੀ ਬਹੂ ਜਿੱਤ ਇੱਕ ਰਾਜ ਪੁੱਛਾਂ ਵਾਲਾ ਜੀ ਉਹਦੀ ਵੀ ਦੇਖ ਲਿਓ ਉਹਦੇ ਕੋਲ ਜਾ ਕੇ ਹਾਂਜੀ ਪੁੱਛ ਕਢਾ ਕੇ ਹਾਂ ਉਹ ਤਾਂ ਗੱਲ ਸਹੀ ਹੈ ਨਾ ਪੁੱਛਾ ਵੀ ਪਤਾ ਲੈ ਲਾਂਗੇ ਆਪਾਂ ਕੋਈ ਗੱਲ ਨਹੀਂ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਤੂੰ ਵੀ ਬੁਲਾ ਪੁੱਤ ਗੈਸ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪ੍ਰੋਪਰ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਹੁਣੇ ਹੁਣੇ ਤਾਂ ਸਾਡੀ ਵੀਡੀਓ ਦੇਖੀ ਆ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹਨਾ ਤੇ ਵੀਡੀਓ ਐਂਟਰਟੇਨਮੈਂਟ ਵਾਸਤੇ ਕਿਸੇ ਨੂੰ ਕੋਈ ਦੁੱਖ ਠੇਸ ਪਹੁੰਚਾਉਣ ਵਾਲੀ ਵੀਡੀਓ ਨਹੀਂ ਹੈਗੀ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹੋਰ ਕੋਈ ਬੋਲਣਾ ਚਾਹੁੰਦਾ ਤਾਂ ਬੋਲ ਸਕਦੇ ਹੱਸੋ ਗੁੱਲੇ ਹੱਸੋ ਜਿੰਨਾ ਹੱਸਿਆ ਜਾਂਦਾ ਤੇਰਾ ਵਾਲੀ ਹੱਸਦੀ ਆ ਨਹੀਂ ਆ ਤਾਂ ਵਾਲੀ ਗੁੱਲੇ ਆਂਦੀ ਹੱਸਦੀ